ਸਾਡੀ ਹੁਣ ਪਾਸਪੋਰਟ ਦੀ ਇਨਕੁਆਇਰੀ ਕੀਤਾ, ETA ਫਾਰਮ ਚੈੱਕ ਕੀਤਾ ਗਿਆ ਸਾਡਾ ਵੀ ਤੁਸੀਂ ਕਨਫਰਮੇਸ਼ਨ ਚੈੱਕ ਕੀਤੀ ਆ ਆਰਮੀ ਵਾਲਿਆਂ ਨੇ ਅਤੇ ਕਨਫਰਮੇਸ਼ਨ ਕੰਪਲੀਟ ਹੋ ਗਈ ਆ ਅਤੇ ਅਸੀਂ ਹੁਣ ਅੱਗੇ ਨੈਕਸਟ 2 ਜਾਂ 3 ਕਿਲੋਮੀਟਰ ਅੱਗੇ ਜਾਣਾ ਜਿੱਥੇ ਜਾ ਕੇ ਅਸੀਂ ਚੈੱਕ ਕਰਾਂਗੇ ਅਤੇ ਉੱਥੇ ਸਾਡੇ ਪਾਸਪੋਰਟ ਅਤੇ ਡਾਕੂਮੈਂਟਸ ਚੈੱਕ ਕਰਾਉਂਗੇ। ਜਾ ਰਹੇ ਹਾਂ ਜੀ ਇੰਡੀਅਨ ਇਮੀਗ੍ਰੇਸ਼ਨ ਕ੍ਰੋਸ ਕਰਨ ਤੋਂ ਬਾਅਦ ਅਸੀਂ ਹੁਣ ਜੀਰੋ ਲਾਈਨ ਤੱਕ ਜਾ ਰਹੇ ਹਾਂ। ਭਾਈ ਸਾਹਿਬ ਸਾਨੂੰ ਜੀਰੋ ਲਾਈਨ 'ਤੇ ਛੱਡਣਗੇ, ਉਸ ਤੋਂ ਬਾਅਦ ਤੁਹਾਨੂੰ ਅੱਗੇ ਦਾ ਅਪਡੇਟ ਦਿੰਦੇ ਹਾਂ ਅਸੀਂ। ਬਸ ਚਲੋ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। SMM TV ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਅਸੀਂ ਕਰਤਾਰਪੁਰ ਕੋਰੀਡੋਰ ਵਿੱਚ ਆਏ ਹੋਏ ਹਾਂ, ਠੀਕ ਹੈ ਜੀ, ਜਿਹੜੀ ਕਿ ਗੁਰੂ ਨਾਨਕ ਪਾਤਸ਼ਾਹ ਦੀ ਧਰਤੀ ਹੈ, ਭਾਰਤ ਦੀ ਸੀਮਾ 'ਚ ਖੜ੍ਹੇ ਹਾਂ। ਆਓ ਹੁਣ ਤੁਹਾਨੂੰ ਭਾਰਤ ਔਰ ਪਾਕਿਸਤਾਨ ਦੀ ਸੀਮਾ ਅਸੀਂ ਦਰਸ਼ਨ ਕਰਾਉਂਦੇ ਹਾਂ, ਆਓ ਜੀ ਚਲੋ। ਇਹ ਜੀਰੋ ਲਾਈਨ ਹੈ ਜੀ, ਜੀਰੋ ਲਾਈਨ ਹੈ। ਇਹ ਪਾਕਿਸਤਾਨ ਇਹ ਭਾਰਤ ਇਹ ਲਾਈਨ ਖਿੱਚੀ ਗਈ ਸੀ ਸਾਡੇ ਵਿਚਕਾਰ, ਜਿਹੜੀ ਅੰਗਰੇਜ਼ਾਂ ਨੇ ਖਿੱਚੀ ਸੀ ਲਾਈਨ ਔਰ ਭਾਰਤ ਔਰ ਪਾਕਿਸਤਾਨ ਦੀ ਵੰਡ ਕੀਤੀ ਸੀ। ਚਲਾ ਜਾ ਚਲਾ ਜਾ ਚਲੋ ਜੀ ਸਰ। ਮੈਂ ਅਤੇ ਹਰਦੀਪ ਵੀਰ ਅਸੀਂ ਦੋਵੇਂ ਜਣੇ ਬੈਠ ਚੁੱਕੇ ਹਾਂ ਬੱਸ ਦੇ ਵਿੱਚ ਅਤੇ ਅਸੀਂ ਹੁਣ ਸਾਡੇ ਨਾਲ ਇੱਕ ਮਹਾਨ ਆਤਮਾ ਵੀ ਆਈ ਹੋਈ ਹੈ। ਇੱਕ ਸਾਡਾ ਮੇਰਾ ਜੇ ਭਰਾ ਮੇਰਾ ਵੀਰ ਇਹ ਵੀ ਸਾਡੇ ਨਾਲ ਆ ਚੁੱਕਿਆ ਅਤੇ ਅਸੀਂ ਹੁਣ ਚੱਲੇ ਹਾਂ ਅੰਦਰ ਨੂੰ ਬਸ ਦਰਬਾਰ ਸਾਹਿਬ ਅਤੇ ਬੱਸ ਦੇ ਵਿੱਚ ਬੈਠ ਚੁੱਕੇ ਹਾਂ, ਬਾਕੀ ਅੱਗੇ ਦਾ ਅਸੀਂ ਤੁਹਾਨੂੰ ਦੱਸਦੇ ਹਾਂ। ਇਹ ਜਿਹੜਾ ਹੈਗਾ ਪਾਕਿਸਤਾਨ ਦਾ ਨੈਸ਼ਨਲ ਬੈਂਕ ਆਫ ਪਾਕਿਸਤਾਨ ਹੈ, ਇੱਥੇ ਜਿਹੜੀ $20 ਜਿਹੜੀ ਫੀਸ ਹੈ, ਜਿਹੜੀ ਕਰਤਾਰਪੁਰ ਕੋਰੀਡੋਰ ਗੁਰਦੁਆਰਾ ਸਾਹਿਬ ਦੀ ਜਿਹੜੀ ਐਂਟਰੀ ਫੀਸ ਲੱਗਦੀ ਹੈ, ਇਮੀਗ੍ਰੇਸ਼ਨ ਫੀਸ ਜਿਹੜੀ ਹੈ, ਇਸ ਕਾਊਂਟਰ ਦੇ ਉੱਤੇ ਜਮ੍ਹਾਂ ਕਰਾਈ ਜਾਂਦੀ ਹੈ। ਇੱਥੋਂ ਤੁਹਾਨੂੰ ਸਲਿੱਪ ਮਿਲੇਗੀ $20 ਜਮ੍ਹਾਂ ਕਰਾ ਕੇ, ਉਸ ਤੋਂ ਬਾਅਦ ਇਹ ਪਿਛਲੇ ਪਾਸੇ ਤੁਹਾਨੂੰ ਦਿਖਾ ਰਹੇ ਨੇ ਸਾਡੇ ਕੈਮਰਾਮੈਨ ਜੀ ਵੀ ਇਹ ਪਾਕਿਸਤਾਨ ਐਮਬੈਸੀ ਹੈ। ਐਮਬੈਸੀ ਦੇ ਅੰਦਰ ਤੁਹਾਨੂੰ ਜਿਵੇਂ ਉਹਨਾਂ ਨੇ ਇੰਡੀਅਨ ਐਮਬੈਸੀ ਨੇ ਤੁਹਾਨੂੰ ਆਊਟ ਦੀ ਸਟੈਂਪ ਲਗਾ ਕੇ ਦਿੱਤੀ ਹੈ, ਉਹ ਤੁਹਾਨੂੰ ਇੰਨ ਦੀ ਸਟੈਂਪ ਲੱਗੇਗੀ ਅੰਦਰ। ਉਸ ਤੋਂ ਬਾਅਦ ਦਰਬਾਰ ਸਾਹਿਬ ਦਾ ਰਸਤਾ ਹੀ ਹੋ ਅੱਗੇ। ਧੰਨਵਾਦ, ਸਾਡੀ ਫੋਟੋ ਕਰੀ ਯਾਰ। ਲੋ ਦਰਸ਼ਕੋ, ਅਸੀਂ ਹੁਣ ਫੀਸ ਦਿੱਤੀ ਹੈ ਭਰਾ $20 ਫੀਸ ਭਰਾਈਏ। ਇੱਕ ਧਿਆਨ ਗੱਲ ਰੱਖਿਓ, ਤੁਹਾਡੇ ਕੋਲ $10-10 ਦਾ ਡੋਲਰ ਜਿਹੜਾ ਹੋਏਗਾ ਉਹ ਚੱਲ ਜਾਏਗਾ। ਅਸੀਂ ਗਲਤੀ ਕਰ ਲਈ ਸੀ, ਅਸੀਂ ਸਾਨੂੰ 1-1 ਰੁਪਏ ਵਾਲੇ ਡੋਲਰ ਮਿਲ ਗਏ ਸੀ, ਉਹਦੇ ਕਰਕੇ 1 ਰੁਪਏ ਵਾਲਾ ਡੋਲਰ ਨਹੀਂ ਚੱਲਿਆ ਅਤੇ ਸਾਨੂੰ ਇੰਡੀਅਨ ਕਰੰਸੀ ਦੇ ਵਿੱਚ 2060 ਰੁਪਏ ਦੇ ਕੇ ਤਾਂ ਸਾਨੂੰ $30 ਮਿਲੇ ਨੇ।
ਠੀਕ ਹੈ ਜੀ, ਇਹ ਗਲਤੀ ਤੁਸੀਂ ਨਾ ਕਰ ਲਓ। ਉਸ ਤੋਂ ਬਾਅਦ $20 ਦੀ ਫੀਸ ਜਿਹੜੀ ਹੈ ਇਹ ਨੈਸ਼ਨਲ ਬੈਂਕ ਦੇ ਵਿੱਚ ਭਰਾ ਕੇ ਤੁਹਾਨੂੰ ਇਸ ਨਾਲ ਦੀ ਸਲਿੱਪ ਮਿਲ ਜਾਏਗੀ। ਕਰਨ ਤੋਂ ਬਾਅਦ ਇਹ ਪਾਕਿਸਤਾਨ ਦੀ ਐਂਬੈਸੀ ਹੈ ਜਿਹਦੇ ਵਿੱਚ ਅੱਗੇ ਇਮੀਗ੍ਰੇਸ਼ਨ ਆਪਾਂ ਕ੍ਰੋਸ ਕਰਨੀ ਹੈ ਜੀ। ਕ੍ਰੋਸ ਕਰਨ ਤੋਂ ਬਾਅਦ ਆਪਾਂ ਅੱਗੇ ਫਿਰ ਦਰਬਾਰ ਸਾਹਿਬ ਲਈ ਚਾਲੇ ਬਣਾ। ਦੋਸਤੋ, ਅਸੀਂ ਹੁਣ ਅੰਬੈਸੀ ਦੇ ਵਿੱਚ ਪਾਕਿਸਤਾਨ ਦੀ ਜਿਹੜੀ ਇਮੀਗ੍ਰੇਸ਼ਨ ਕ੍ਰੋਸ ਕਰਕੇ ਅਸੀਂ ਹੁਣ ਵਾਪਸ ਆ ਗਏ ਹਾਂ। ਉਹਨਾਂ ਨੇ ਸਿਰਫ ਕੋਈ ਕੁਐਸਚਨ ਨਹੀਂ, ਸਿਰਫ ਚਾਰ ਉਂਗਲਾਂ ਸਾਡੀਆਂ ਜਿਹੜੀਆਂ ਨੇ ਸੱਜੇ ਹੱਥ ਦੀਆਂ ਪਹਿਲਾਂ ਲੱਗਦੀਆਂ ਨੇ, ਫਿਰ ਖੱਬੇ ਹੱਥ ਦੀਆਂ, ਫਿਰ ਦੋਨੋਂ ਅੰਗੂਠੇ ਲੱਗਦੇ ਨੇ। ਉਸ ਤੋਂ ਬਾਅਦ ਸਾਡੇ ਤੋਂ ਕੋਈ ਕੁਐਸਚਨ ਨਹੀਂ ਪੁੱਛਿਆ ਜਾਂਦਾ, ਸਾਨੂੰ ਉਹ ਸਟੈਂਪ ਲਗਾ ਕੇ ਨਾਲ ਦੇ ਨਾਲ ਇੱਥੋਂ ਹੀ ਸਾਨੂੰ ਇਹ ਵਿਜ਼ਿਟਿੰਗ ਕਾਰਡ ਦੇ ਦਿੰਦੇ ਨੇ। ਅਤੇ ਇਸ ਤੋਂ ਬਾਅਦ ਜਿਹੜੇ ਡਾਕੂਮੈਂਟ ਹੁੰਦੇ ਨੇ ਤੁਹਾਡੇ ETA ਫੋਮ, ਜਦੋਂ ਤੁਹਾਡਾ ਇੰਡੀਅਨ ਇਮੀਗ੍ਰੇਸ਼ਨ ਕ੍ਰੋਸ ਕਰਨੀ ਆ, ਉਸ ਤੋਂ ਬਾਅਦ ਤੁਸੀਂ ਆਪਣਾ ETA ਫੋਮ ਬੈਗ ਵਿੱਚ ਰੱਖ ਲਓ। ਫਿਰ ਨੈਸ਼ਨਲ ਬੈਂਕ ਤੋਂ ਫੀਸ ਭਰਨ ਤੋਂ ਬਾਅਦ ਤੁਹਾਨੂੰ ਕਿਤੇ ਵੀ ਤੁਹਾਨੂੰ ETA ਫੋਮ ਦੀ ਲੋੜ ਨਹੀਂ ਹੁੰਦੀ। ਅਤੇ ਆਪਣੇ ਡਾਕੂਮੈਂਟ ਸਾਰੇ ਇਸ ਤੋਂ ਬਾਅਦ ਆਪਣੇ ਬੈਗ ਦੇ ਵਿੱਚ ਰੱਖੋ। ਤੁਹਾਡੇ ਗੱਲ ਦੇ ਵਿੱਚ ਜਦੋਂ ਤੁਹਾਡਾ ਵਿਜ਼ਿਟਿੰਗ ਦਾ ਆਈ ਕਾਰਡ ਪਾਤਾ, ਤਾਂ ਉਸ ਤੋਂ ਬਾਅਦ ਤੁਸੀਂ ਦਰਬਾਰ ਸਾਹਿਬ ਜਾਣ ਲਈ ਰੈਡੀ ਹੋ ਜਾਓ। ਧੰਨਵਾਦ। ਦੋ ਦਰਸ਼ਕੋ, ਇਹ ਹੁਣ ਬੱਸ ਜਿਹੜੀ ਹੈ ਸਾਨੂੰ ਸਿੱਧਾ ਦਰਬਾਰ ਸਾਹਿਬ ਲੈ ਕੇ ਜਾਏਗੀ। ਇਹ ਸਾਡਾ ਲਾਸਟ ਐਂਟਰੀ ਸੀ ਜਿੱਥੇ ਵੀ ਪਾਕਿਸਤਾਨ ਅੰਬੈਸੀ ਤੋਂ ਜਿਹੜੀ ਹੈ ਜਾਂ ਇਮੀਗ੍ਰੇਸ਼ਨ ਤੋਂ ਅਸੀਂ ਜੋ ਵੀ ਕਲੀਅਰ ਕਰਨ ਤੋਂ ਬਾਅਦ ਇਹ ਬੱਸ ਵਿੱਚ ਬੈਠ ਕੇ ਹੁਣ ਸਿੱਧਾ ਆਪਾਂ ਦਰਬਾਰ ਸਾਹਿਬ ਜਾਣਾ। ਆਓ ਚੱਲੀਏ ਦਰਬਾਰ ਸਾਹਿਬ। ਦੇਵ ਜੀ ਦੀ ਧਰਤੀ ਸੀ ਜਿੱਥੇ ਆਖਰੀ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਨੇ 18 ਸਾਲ ਇੱਥੇ ਜਿਹੜਾ ਹੈ ਖੇਤੀ ਕੀਤੀ। ਅਤੇ ਜਿਹੜੀ ਕਿਰਤ ਕਰਨ ਦੀ ਜਿਹੜੀ ਸੀ ਉਹਨਾਂ ਨੇ ਮਰਿਆਦਾ, ਅਤੇ ਜਿਹੜੀ ਉਹਨਾਂ ਨੇ ਚੀਜ਼ ਦੱਸੀ ਕਿਰਤ ਕਰਨੀ ਅਤੇ ਵੰਡ ਛਕਣ ਦੀ ਰੀਤ, ਇੱਥੋਂ ਹੀ ਚਲਾਈ। ਇੱਥੇ ਗੁਰੂ ਨਾਨਕ ਸਾਹਿਬ ਨੇ ਪਿਛਲੇ ਆਪਣੀ ਉਮਰ ਦੇ 18 ਸਾਲ ਜਿਹੜੀ ਇੱਥੇ ਖੇਤੀ ਕੀਤੀ। ਇਹ ਕਰਤਾਰਪੁਰ ਸਾਹਿਬ ਦਾ ਦਰਬਾਰ ਸਾਹਿਬ ਅੱਗੇ ਦਰਸ਼ੇ ਵਿਹੜੀਏ। ਇੱਥੋਂ ਹੁਣ ਕ੍ਰੋਸ ਕਰਨ ਤੋਂ ਬਾਅਦ ਫਿਰ ਅੰਦਰ ਜਾਣਾ, ਅੰਦਰ ਜਾ ਕੇ ਮੱਥਾ ਟੇਕਾਂਗੇ, ਆੜੂ ਅੱਗੇ ਚੱਲਣੇ ਦਰਸ਼ਨ ਕਰਾਉਣੇ ਤੋਂ। ਅਸੀਂ ਦਰਬਾਰ ਸਾਹਿਬ ਨੂੰ ਜਾ ਰਹੇ ਹਾਂ ਜੀ, ਦਰਬਾਰ ਸਾਹਿਬ ਨੂੰ ਜਾ ਰਹੇ ਹਾਂ। ਦਰਬਾਰ ਸਾਹਿਬ ਇੱਥੋਂ ਹੈਗਾ 2 ਜਾਂ 2.5 ਕਿਲੋਮੀਟਰ ਦੀ ਦੂਰੀ 'ਤੇ। ਤੁਹਾਨੂੰ ਅੱਗੇ ਦਰਸ਼ਨ ਕਰਾਵਾਂਗੇ ਜੀ। ਹੁਣ ਬੈਠ ਗਏ ਹਾਂ, ਜਿਹੜੀ ਪਾਕਿਸਤਾਨ ਦੀ ਜਿਹੜੀ ਐਂਬੈਸੀ ਸੀ ਇਮੀਗ੍ਰੇਸ਼ਨ ਕਰੋਸ ਕਰ ਲਈ। ਕਰੋਸ ਕਰਨ ਤੋਂ ਬਾਅਦ ਹੁਣ ਅਸੀਂ ਦਰਬਾਰ ਸਾਹਿਬ ਮੱਥਾ ਟੇਕਦੇ ਹਾਂ, ਅੱਗੇ ਤੁਹਾਨੂੰ ਦੱਸਦੇ ਹਾਂ। ਉਹ ਦੇਖੋ ਜੀ, ਇੱਥੋਂ ਜਿਹੜਾ ਦਰਬਾਰ ਸਾਹਿਬ ਦਿਖ ਰਿਹਾ ਸਾਹਮਣੇ, ਤੁਸੀਂ ਅੱਗੇ ਚੱਲ ਜਾਓ। ਠੀਕ ਹੈ ਜੀ, ਇਹ ਦੇਖੋ ਜੀ, ਖੇਤੀ ਸੇਮ ਹੈ ਬਿਲਕੁਲ। ਜਿਸ ਤਰ੍ਹਾਂ ਦੇਖੋ ਹੁਣ ਕਣਕ ਦੀ ਵਾਢੀ ਚੱਲ ਰਹੀ, ਪਿੱਛੇ ਕਣਕ ਦੀ ਵਾਢੀ ਚੱਲ ਰਹੀ ਆ, ਸਬਜ਼ੀਆਂ ਲੱਗੀਆਂ ਹੋਈਆਂ ਨੇ। ਕਿਸੇ ਵੀ ਇੱਕ ਪ੍ਰਕਾਰ ਦਾ ਵੀ ਸਾਡੇ ਨਾਲ ਕੋਈ ਭਿੰਨਭਾਵ ਨਹੀਂ ਹੈਗਾ। ਉਵੇਂ ਦਾ ਹੀ ਮਾਹੌਲ, ਉਵੇਂ ਦਾ ਹੀ ਗਰਮੀ ਜਿਵੇਂ ਦੀ ਉੱਧਰ ਪੈ ਰਹੀ ਹੈ, ਉਵੇਂ ਦੀ ਗਰਮੀ ਇੱਧਰ ਹੈ ਜੀ। ਠੀਕ ਹੈ ਜੀ, ਇੱਧਰ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਓ, ਜਿਹੜੇ ਕਿ ਇੱਥੋਂ 1.5 ਤੋਂ 2 ਕਿਲੋਮੀਟਰ ਦੂਰ ਨੇ। ਜੂਮ ਕਰਾ ਕੇ ਦਿਖਾਓ ਕੈਮਰਾਮੈਨ ਨੂੰ। ਦਰਬਾਰ ਸਾਹਿਬ ਦੇ ਸਮਾਜ ਸਾਹਿਬ ਦਰਬਾਰ ਸਾਹਿਬ ਦੇ ਕੋਲ ਖੜੇ ਹੋ ਕੇ ਆਪ ਜੀ ਸੱਜੇ ਪਾਸੇ ਦੇਖੋਗੇ, ਆਪ ਜੀ ਨੇ ਇਮਾਰਤ ਬਣਾਈ ਗਈ।
ਵਾਸ਼ਰੂਮ ਦੀ ਸਹੂਲਤ ਹੈ ਗੁਰਦੁਆਰਾ ਸਾਹਿਬ ਦੇ ਬਿਲਕੁਲ ਬੈਕ ਸਾਈਡ ਤੇ ਬਰਾਮਦਾ ਨਾਲ ਬਿਲਡਿੰਗ ਹੈ ਜਿਹਦੇ ਥੋੜਾ ਖੋਲਿਆ ਹੈ ਸੱਜੇ ਪਾਸੇ ਤੇ ਖੱਬੇ ਪਾਸੇ ਰਾਈਟ ਲੈਫਟ ਵਾਸ਼ਰੂਮ ਬੜੇ ਨੇ ਐਕਸਟਰਾ ਜੁੜੇ ਰੱਖੇ ਨੇ ਆਪ ਦੀ ਸਹੂਲਤ ਕਰ ਸਕਦੇ ਦਰਸ਼ਨ ਕਰਨ ਤੋਂ ਬਾਅਦ ਅਗਰ ਆਪ ਆਪਣੇ ਮਾਰਗ ਪਾਸ ਵੀ ਕਹਿਣਾ ਚਾਹੁੰਦੇ ਹੋ ਸੇਮ ਮੈਸੇਜ ਹੈਗਾ ਤਿਆਰ ਕਰ ਆਪਣੇ ਸੂਟ ਪਾ ਕੇ ਤਾਂ ਬਾਹਰ ਵਾਲਾ ਜਿਹੜਾ ਰਸਤਾ ਹੈ ਰਾਈਟ ਸਾਈਡ ਨੂੰ ਸੱਜੇ ਪਾਸੇ ਨੂੰ ਉਸਦਾ ਮਾਰਗ ਵੀ ਜੁੜਿਆ ਜਾਂਦਾ ਹੈ ਮਾਰਗ ਵੀ ਜਿਹੜਾ ਵੀ ਵਾਸ਼ਰੂਮ ਇਹ ਹੈਗਾ ਗੁਰਦੁਆਰਾ ਸਾਹਿਬ ਜਾਣ ਦਾ ਰਸਤਾ ਅਸੀਂ ਹੁਣ ਉੱਧਰ ਨੂੰ ਜਾ ਰਹੇ ਹਾਂ ਮੱਥਾ ਟੇਕਣ ਵਾਸਤੇ ਪਹਿਲਾਂ ਉਸ ਤੋਂ ਪਹਿਲਾਂ ਇਸ਼ਨਾਨ ਕਰਾਂਗੇ ਫਿਰ ਉਸ ਤੋਂ ਬਾਅਦ ਮੱਥਾ ਟੇਕਾਂਗੇ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਅੰਤਮ ਸਮੇਂ ਵਿੱਚ 1539 ਵਿੱਚ ਜਦੋਂ ਅਯੋਧਿਆ ਜੋ ਸਮਾਏ ਸੀ ਨਾ ਉਦੋਂ ਮੁਸਲਮਾਨ ਭਾਈਚਾਰੇ ਨੇ ਇਸ ਜਗ੍ਹਾ 'ਤੇ ਗੁਰੂ ਸਾਹਿਬ ਜੀ ਦੀ ਜਿਹੜੀ ਸੀ ਜਦ ਸੀ ਉਹਨਾਂ ਨੂੰ ਦਫਨ ਕੀਤਾ ਨਾਲ ਹੀ ਸਾਹਮਣੇ ਅੰਦਰ ਹਿੰਦੂ ਭਾਈਚਾਰੇ ਦੀ ਜਿੱਥੇ ਕਿ ਗੁਰੂ ਸਾਹਿਬ ਜੀ ਦਾ ਅੰਗੀਠਾ ਸਾਹਿਬ ਹੈਗੀ ਅੰਦਰ ਉਹਦੇ ਵਿੱਚ ਗੁਰੂ ਸਾਹਿਬ ਦਾ ਸੰਸਕਾਰ ਕੀਤਾ ਸੀ ਪਿੱਛੇ ਤੁਹਾਨੂੰ ਵੀਡੀਓ ਵਿੱਚ ਦੱਸਿਆ ਸੀ ਕਿ ਪਿਛਲੀ ਜਿਹੜੀ ਮਨਾਰ ਸੀ ਉਹਦੇ ਵਿੱਚ ਹਿੰਦੂ ਭਾਈਚਾਰੇ ਨੇ ਜਿਹੜੀ ਗੁਰੂ ਸਾਹਿਬ ਦੀ ਚਾਦਰ ਦੇ 2 ਪੀਸ ਕੀਤੇ ਸੀ ਇੱਕ ਜਗ੍ਹਾ 'ਤੇ ਉਹਨਾਂ ਨੂੰ ਦਫਨ ਕੀਤਾ ਸੀ ਅਤੇ ਜਿਹੜਾ ਹਿੰਦੂਆਂ ਦੇ ਪਾਸੇ ਜਿਹੜੀ ਚਾਦਰ ਦਾ ਪੀਸਾ ਸੀ ਉਸ ਜਗ੍ਹਾ 'ਤੇ ਅੰਗੀਠਾ ਸਾਹਿਬ ਬਣਿਆ ਹੋਇਆ ਜੀ ਉਹ ਅੰਗੀਠਾ ਸਾਹਿਬ ਵਿੱਚ ਉਸ ਚਾਦਰ ਦਾ ਸੰਸਕਾਰ ਕੀਤਾ ਹੋਇਆ ਸੀ ਉਹਦੇ ਦਰਸ਼ਨ ਕਰੋ ਜਨਕੀ ਕੇ ਜੇ
ਸੱਜਣਾ ਸੀ ਸੜੀਆ ਜੋ ਹੋਵੇ ਸਾਹਿਬ ਜੋ ਮੇਲ ਵਾਹਿਗੁਰੂ ਜੀ ਦਾ ਖਾਲਸਾ ਰਾਜ ਕੇ ਕਰੇ ਜਾਵੇ ਫਤਿਹ ਪਾਵੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪਾਵੇ ਗੁਰ ਭਰੇ ਅਕਾਲ ਚੱਕਿਆ ਬਾਜਾ ਵਾਲਿਓ ਸਤਿਗੁਰੂ ਰੱਖ ਲਿਓ ਬਿਰਧ ਪਾਣੇ ਜੀ ਲਾਜ ਚਿਪਤੋ ਗੁਪਤੋ ਜੀਤੋ ਸਿੱਖੋ ਪ੍ਰਭਾਤ ਗੁਰੂ ਖਾਲਸਾ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਲਾੜੀਆਂ ਫੌਜਾਂ ਦੇ ਵਾਰ ਕੋ ਸਤਿਗੁਰੂ ਫੌਜਾਂ ਰੱਖਿਓ ਤਿਆਰ ਪਰ ਤਿਆਰ ਇਹ ਗੋਲਾ ਭਾਰਤੀ ਹਵਾਈ ਸੈਨਾ ਨੇ ਇੱਕ 1971 ਵਿੱਚ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਕਰਤਾਰਪੁਰ ਨੂੰ ਨਸ਼ਟ ਕਰਨ ਲਈ ਸੁੱਟਿਆ ਸੀ। ਠੀਕ ਹੈ ਜੀ, ਅਕਾਲ ਪੁਰਖ ਦੀ ਖਾਸ ਰਹਿਮਤ ਸਦਕਾ ਇਹ ਗੋਲਾ ਖੂਹ ਪਵਿੱਤਰ ਗੋਦ ਵਿੱਚ ਹੀ ਲੈ ਲਿਆ। ਹਾਂ, ਦਰਸ਼ਕੋ ਅਸੀਂ ਹੁਣ ਦਰਬਾਰ ਸਾਹਿਬ ਦੇ ਦਰਸ਼ਨ ਕਰ ਲਏ, ਦਰਸ਼ਨੀ ਦਿਓੜੀ ਦੇ ਦਰਸ਼ਨ ਕਰ ਲਏ, ਲੰਗਰ ਛਕ ਲਿਆ, ਹਰ ਚੀਜ਼ ਇੱਥੋਂ ਦੀ ਦੇਖ ਲਈ। ਹੁਣ ਲਾਸਟ ਵਿੱਚ ਇੱਕ ਹੈਗਾ ਬਾਜ਼ਾਰ, ਕਰਤਾਰਪੁਰ ਸਾਹਿਬ ਦੇ ਵਿੱਚ ਬਾਜ਼ਾਰ ਲੱਗਾ ਹੋਇਆ ਜਿਹਦੇ ਵਿੱਚ ਲਾਹੌਰ ਦੀਆਂ ਜਾਂ ਪਾਕਿਸਤਾਨ ਦੀ ਜੋ ਵੀ ਫੇਮਸ ਚੀਜ਼ਾਂ ਨੇ ਉਹ ਸਾਰੀਆਂ ਇੱਥੋਂ ਤੁਸੀਂ ਲੈ ਸਕਦੇ ਹੋ।